ਵੀ ਹੋਣ ਦਾ ਅਸੀਂ ਢੋਲੇ ਮਾਂਗੇ ਨਾਮ ਦੇ ਢੋਲੇ ਮਾਂਗੇ ਨਾਮ ਦੇ ਸਾਨੂੰ ਸ਼ੌਕ ਹੈ ਕੱਟਣ ਗਾਉਣ ਦਾ ਜੱਟ ਪੰਜਾਬੀ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੰਮੀ ਬਾਈ ਅਤੇ ਅੱਜ ਮੈਂ ਬੜੇ ਫਖਰ ਅਤੇ ਮਾਣ ਨਾਲ ਆਪਣੇ ਦੋਸਤ ਦੇ ਕਲੀਨਿਕ ਦੇ ਵਿੱਚ ਬੈਠਾ ਡਾਕਟਰ ਪੱਟੀ ਜਿਨ੍ਹਾਂ ਨੇ ਕਿ ਡਾਰਲਿੰਗ ਬਰਡਸ ਜਿਹੜਾ ਕਿ ਬਹੁਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਹੈ ਇਸ ਹੋਸਪਿਟਲ ਦੇ ਵਿੱਚ ਅਤੇ ਪਤਾ ਨਹੀਂ ਕਿੰਨੇ ਹੀ ਲੀਜੈਂਟਸ ਕਿੰਨੇ ਹੀ ਬੜੇ ਬੜੇ ਆਰਟਿਸਟ ਇੱਥੇ ਆ ਚੁੱਕੇ ਨੇ ਅਤੇ ਹੇਅਰ ਟਰਾਂਸਪਲਾਂਟ ਕਰਾ ਚੁੱਕੇ ਨੇ ਅਤੇ ਮੈਂ ਵੀ ਉਹਨਾਂ 'ਚੋਂ ਇੱਕ ਹੈਗਾ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਜਿਹੜਾ ਜੇ ਤੁਸੀਂ ਅੱਛਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਕੋਈ ਇਨਫੈਕਸ਼ਨ ਨਹੀਂ ਅਤੇ ਬੜਾ ਕਲਾਸਿਕ ਇੰਟਰਨੈਸ਼ਨਲ ਲੈਵਲ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹਨਾਂ ਦੇ ਆਪਰੇਸ਼ਨ ਥੀਏਟਰਸ ਉਹਨਾਂ ਦੀ ਐਵਰੀਥਿੰਗਸ ਇੰਨੀ ਫੰਟੈਸਟਿਕ ਹੈਗੀ ਹੈ ਕਿ ਮੈਂ ਤੁਹਾਨੂੰ ਇੱਥੇ ਬੋਲ ਕੇ ਨਹੀਂ ਦੱਸ ਸਕਦਾ ਪਰ ਜਦੋਂ ਤੁਸੀਂ ਵਿਜਿਟ ਕਰੋਗੇ ਤਾਂ ਤੁਸੀਂ ਵਾਕਈ ਫਖਰ ਮਹਿਸੂਸ ਕਰੋਗੇ ਸੋ ਇੱਥੇ ਆਓ ਅਤੇ ਸਹੀ ਅਤੇ ਅੱਛਾ ਟ੍ਰੀਟਮੈਂਟ ਆਪਦਾ ਜੇ ਕਰਾਉਣਾ ਚਾਹੁੰਦੇ ਹੋ ਤਾਂ ਡਾਕਟਰ ਪੱਟੀ ਨੂੰ ਆ ਕੇ ਮਿਲੋ ਅਤੇ ਬਹੁਤ ਹੀ ਅੱਛਾ ਇਹਨਾਂ ਦਾ ਸੁਆਹ ਹੈਗਾ ਅਤੇ ਬੜੇ ਹੀ ਅੱਛੇ ਇਹਨਾਂ ਕੋਲ ਗਾਂ ਜਿਹੜੇ ਡਾਕਟਰਸ ਹੋਰ ਅਲੱਗ ਕੰਮ ਕਰਦੇ ਨੇ ਇਹਨਾਂ ਦੇ ਨਰਸਿਸ ਅਤੇ ਸਾਰੇ ਮਤਲਬ ਕਿ ਕਲਾਸ ਹੈਗਾ ਸੋ ਇੱਕ ਵਾਰ ਫਿਰ ਮੈਨੂੰ ਇਸ ਗੱਲ ਦਾ ਮਾਣ ਵੀ ਹੈਗਾ ਕਿ ਉਹ ਮੇਰੇ ਦੋਸਤ ਨੇ ਅਤੇ ਪਰ ਉਸਦੇ ਨਾਲ ਨਾਲ ਪਤਾ ਨਹੀਂ ਕਿੰਨੇ ਹੀ ਐਕਟਰਸ ਕਿੰਨੇ ਹੀ ਬੋਲੀਵੁੱਡ ਤੋਂ ਕਿੰਨੇ ਹੀ ਕਲਾਕਾਰ ਸਿੰਗਰਸ ਜਿਹੜੇ ਹੈਗੇ ਨੇ ਇੱਥੇ ਆਲਰੇਡੀ ਟਰਾਂਸਪਲੈਂਟ ਕਰਾ ਚੁੱਕੇ ਨੇ ਉਹਨਾਂ ਦੀਆਂ ਤਸਵੀਰਾਂ ਬੜੀ ਬੜੀਆਂ ਇੱਥੇ ਅੰਦਰ ਖੂਬਸੂਰਤ ਢੰਗ ਨਾਲ ਇਹਨਾਂ ਨੇ ਲਾਈਆਂ ਹੋਈਆਂ ਨੇ ਉਹ ਵੀ ਵੇਖ ਕੇ ਤੁਹਾਨੂੰ ਮਜ਼ਾ ਆਊਗਾ ਅਤੇ ਇੱਥੇ ਇਹਨਾਂ ਦੇ ਜੋ ਸਿਟਿੰਗ ਰੂਮਸ ਨੇ ਉਹਨਾਂ ਵਿੱਚ ਬੈਠਣ ਦਾ ਵੀ ਤੁਸੀਂ ਲੁਤਫ ਲੈ ਸਕਦੇ ਹੋ ਸੋ ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਾਂਗਾ ਕਿ ਜੇ ਤੁਸੀਂ ਆਪਣੇ ਕਹਿੰਦੇ ਨੇ ਹੇਅਰ ਟਰਾਂਸਪਲਾਂਟ ਕਰਾਉਣੇ ਨੇ ਤਾਂ ਡਾਕਟਰ ਪੱਟੀ ਜ਼ਰੂਰ ਆਉਣਾ।